ਵੱਡਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ ਸਾਨੂੰ ਪੁਰਖਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ ਸਾਡੀ ਹਿੱਕਾ ਉੱਤੇ ਜਾਂਦਾ ਇਤਿਹਾਸ ਲਿਖਿਆ ਸਾਨੂੰ ਵੱਡਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ ਸਾਡੀ ਹਿੱਕਾ ਉੱਤੇ ਜਾਂਦਾ ਇਤਿਹਾਸ ਲਿਖਿਆ ਉਹ ਤਾਂ ਨਹੀਂ ਪੰਜਾਬੀ ਸਦਾ ਬਾਗੀ ਹੁੰਦੇ ਨੇ ਹੱਥਾਂ ਲਈ ਪੰਜਾਬੀ ਸਦਾ ਬਾਗੀ ਹੁੰਦੇ ਨੇ ਅਣਖਾਂ ਦੇ ਨਾਲ ਰਹਿਣ ਅੱਖਾਂ ਭਰੀਆਂ ਸਿਕਸਾਨ ਮਜ਼ਦੂਰ ਏਕਤਾ ਸਾਡੀ ਹੈ ਕਿਸਾਨ ਮਜ਼ਦੂਰ ਏਕਤਾ ਦਿਲ ਚ ਦਲੇਰੀ ਦੀਆਂ ਗੱਲਾਂ ਭਰੀਆਂ ਹੋ ਸਾਡੇ ਪੱਕੇ ਨੇ ਇਰਾਦੇ ਕਦੇ ਝੱਲੀਏ ਨਾ ਦਾਬੇ ਸਦਾ ਜੁਰਤਾਂ ਦੇ ਨਾਲ ਜਾਂਦਾ ਰਣ ਜਿੱਤਿਆ ਹੋ ਸਾਨੂੰ ਭੱਡਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ ਸਾਡੀ ਹਿੱਕਾ ਉੱਤੇ ਜਾਂਦਾ ਇਤਿਹਾਸ ਲਿਖਿਆ ਸਾਨੂੰ ਭੱਡਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ ਸਾਡੀ ਹਿੱਕਾ ਉੱਤੇ ਜਾਂਦਾ ਇਤਿਹਾਸ ਲਿਖਿਆ ਹੋ ਸਾਡੇ ਦਿਲਾਂ ਉੱਤੇ ਗਿਆ ਇਤਿਹਾਸ ਲਿਖਿਆ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਸਭ ਪਹਿਲਾਂ ਤੁਹਾਡਾ ਜਜ਼ਬਾ ਤੁਹਾਡਾ ਪੈਸ਼ਨ ਤੁਹਾਡਾ ਜਨੂੰਨ ਤੁਹਾਡੀ ਹਿੰਮਤ ਨੂੰ ਮੈਂ ਦਾਤ ਦੇਣੀ ਆ ਤੇ ਆਪਾਂ ਸਭ ਤੋਂ ਪਹਿਲਾਂ ਇੱਕ ਜੈਕਾਰਾ ਫਤਿਹ ਪ੍ਰਵਾਨ ਹੋਵੇ ਉਸ ਵਾਹਿਗੁਰੂ ਨੂੰ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਿਸਾਨ ਅੰਦੋਲਨ ਇਹ ਪਹਿਲੀ ਵਾਰੀ ਨਹੀਂ ਸੜਕਾਂ ਤੇ ਜਾਂ ਖੇਤਾਂ ਦੇ ਵਿੱਚ ਰੁਲਿਆ ਕਿਸਾਨ ਬਹੁਤ ਲੰਮੇ ਸਮੇਂ ਤੋਂ 1857 ਦੇ ਵਿੱਚ 1857 ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਕਿਸਾਨ ਅੰਦੋਲਨ ਹੋਇਆ ਉਸ ਤੋਂ ਬਾਅਦ 1948 ਦੇ ਵਿੱਚ ਔਰ 1907 ਦੇ ਵਿੱਚ ਜਿਹੜਾ ਸਭ ਤੋਂ ਲੰਮਾ ਅੰਦੋਲਨ ਚੱਲਿਆ ਜਦੋਂ ਭਗਤ ਸਿੰਘ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੇ ਚਾਚਾ ਜੀ ਸਰਦਾਰ ਕਿਸ਼ਨ ਸਿੰਘ ਹੋਣਾ ਨੇ ਉਸ ਅੰਦੋਲਨ ਦੀ ਅਗਵਾਈ ਕੀਤੀ ਪੰਜਾਬੀਆਂ ਦੇ ਨਾਲ ਸਾਰੇ ਭਾਰਤੀ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਇਕਜੁੱਟ ਹੋ ਕੇ ਬਹੁਤ ਉਸ ਲੰਬੇ ਸੰਘਰਸ਼ ਨੂੰ ਜਿੱਤਿਆ ਤੇ ਅੱਜ ਅਸੀਂ ਜਿਹੜੀ ਮੰਜ਼ਿਲ ਵੱਲ ਜਾ ਰਹੇ ਹਾਂ ਮੈਂ ਇਹਦੇ ਵਿੱਚ ਸਰਕਾਰਾਂ ਨੂੰ ਬਹੁਤ ਫਟਕਾਰ ਪੈ ਰਹੀ ਹੈ ਹਰ ਇੱਕ ਨੂੰ ਪਤਾ ਸਰਕਾਰ ਕੀ ਕਰਦੀ ਹੈ ਸਰਕਾਰ ਕਿੰਨੀ ਗੁੰਡਾਗਰਦੀ ਕਰਦੀ ਹੈ ਕੀ ਕੁਛ ਹੋ ਰਿਹਾ ਮੈਂ ਉਹਦੇ ਬਾਰੇ ਤੁਹਾਡੇ ਨਾਲ ਬਹੁਤੀ ਗੱਲ ਨਹੀਂ ਕਰਨੀ ਮੈਂ ਤੁਹਾਡੇ ਨਾਲ ਇੱਕੋ ਹੀ ਵਾਅਦਾ ਕਰਨ ਆਇਆ ਕਿ ਤੁਸੀਂ ਜਿਹੜਾ ਬਹੁਤ ਸਾਰੇ ਮਹੀਨਿਆਂ ਤੋਂ ਅਸੀਂ ਇਹ ਮੋਰਚੇ ਇਹ ਅੰਦੋਲਨ ਸ਼ੁਰੂ ਕੀਤਾ ਇਹ ਇਸ ਤੋਂ ਬਹੁਤ ਸਿਖਰ ਤੇ ਪਹੁੰਚ ਚੁੱਕਾ ਹੈ ਤੁਸੀਂ ਮੇਰੇ ਨਾਲ ਸਾਰੇ ਜਾਣੇ ਅੱਜ ਵਾਅਦਾ ਕਰੋਗੇ ਕਿ ਜਿੰਨਾ ਚਿਰ ਅਸੀਂ ਜਿੱਤ ਨਹੀਂ ਜਾਂਦੇ ਸਾਡੀ ਜਿੱਤ ਝੋਲੀ ਵਿੱਚ ਨਹੀਂ ਪੈਂਦੀ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਮੁੜਾਂਗੇ ਇੱਕ ਵਾਰ ਨਾਰਾ ਬੁਲੰਦ ਕਰ ਦੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਔਰ ਅਸੀਂ ਇਹੀ ਪ੍ਰਣ ਕਰਨਾ ਸਾਨੂੰ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਔਰ ਬਹੁਤ ਸਾਰੀਆਂ ਮੀਟਿੰਗ ਹੋਰ ਵੀ ਹੋਣੀਆਂ ਉਹ ਗਵਰਨਮੈਂਟ ਕੀ ਕਰਦੀ ਹੈ ਕਿ ਨੱਕ ਨਾਲੋਂ ਲਾ ਕੇ ਨਾ ਇੱਕ ਸਿਆਣੇ ਕਹਿੰਦੇ ਆ ਕਿ ਨੱਕ ਨਾਲੋਂ ਲਾ ਕੇ ਮੂੰਹ ਨੂੰ ਲਾ ਤੀ ਮੈਨੂੰ ਲੱਗਦਾ ਕਿ ਸਰਕਾਰ ਨੱਕ ਨਾਲੋਂ ਲਾ ਕੇ ਨਾ ਕੰਨਾਂ 'ਚ ਤੇ ਅੱਖਾਂ 'ਚ ਪਾਈ ਜਾਂਦੀ ਹੈ ਕਿ ਸਾਨੂੰ ਸੁਣਦਾ ਨਹੀਂ ਔਰ ਸਾਨੂੰ ਦਿਖਦਾ ਨਹੀਂ ਇਹਨਾਂ ਨੂੰ ਸਾਰਾ ਕੁਝ ਦਿਖ ਰਿਹਾ ਸਭ ਕੁਝ ਸੁਣਦਾ ਹੈ ਔਰ ਮੈਨੂੰ ਕੀ ਲੱਗਦਾ ਕਿ ਮੈਂ ਪਹਿਲਾਂ ਵੀ ਬਹੁਤ ਸਾਰੇ ਮੋਰਚਾ ਤੇ ਬੋਲਿਆ ਬਹੁਤ ਸਾਰੇ ਮਾਧਿਅਮ ਤੇ ਬੋਲਿਆ ਕਿ ਸਰਕਾਰ ਨੂੰ ਪਤਾ ਕਿ ਮੈਂ ਹਾਰ ਚੁੱਕੀ ਹਾਂ ਇੱਕ ਸ਼ਰਮ ਇਹਨਾਂ ਨੂੰ ਇੱਕ ਹਿਆ ਹੁੰਦਾ ਸ਼ਰਮ ਆਉਂਦੀ ਹੈ ਕਿ ਅਸੀਂ ਇੰਨਾ ਜਲਦੀ ਕਿਵੇਂ ਮੰਨ ਜਾਵਾਂਗੇ ਜਿਹੜਾ ਰੋਹ ਹੈ ਸਾਡੇ ਕਿਰਤੀਆਂ ਦਾ ਸਾਡੇ ਮਜ਼ਦੂਰਾਂ ਦਾ ਸਾਡੇ ਕਿਸਾਨਾਂ ਦਾ ਸਾਡੀਆਂ ਮਾਤਾਵਾਂ ਦਾ ਬਜ਼ੁਰਗਾਂ ਦਾ ਤੇ ਜਵਾਨੀ ਦਾ ਇਹ ਰੋਹ ਜਿਹੜਾ ਆ ਇਹ ਸਰਕਾਰ ਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰ ਚੁੱਕਾ ਉਹ ਸਰਕਾਰ ਅੰਦਰ ਖਾਤੇ ਮੰਨੀ ਚੁੱਕੀ ਆ ਹਾਰ ਮੰਨ ਚੁੱਕੀ ਆ ਤੇ ਸਾਨੂੰ ਸਾਰਿਆਂ ਨੂੰ ਜਿਹੜੇ ਇਰਾਦੇ ਆਪਣੇ ਉਹ ਬੁਲੰਦ ਕਰਨੇ ਪੈਣੇ ਆ ਅਸੀਂ ਬਹੁਤੀਆਂ ਗੱਲਾਂ ਨਾ ਕਰੀਏ ਵੱਧ ਚੜ੍ਹ ਕੇ ਇਸ ਅੰਦੋਲਨ ਦੇ ਵਿੱਚ ਭਾਗ ਲਈਏ ਜਿਹੜੇ ਸਾਡੇ ਵੀਰ ਘਰਾਂ ਦੇ ਵਿੱਚ ਬੈਠੇ ਨੇ ਤੇ ਮੈਂ ਦੁਆ ਕਰਦਾ ਕਿ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਮੈਂ 5-6 ਦਿਨ ਪਹਿਲਾਂ ਵੈਨਕੂਵਰ ਤੋਂ ਆਇਆ ਮੇਰਾ ਪਰਿਵਾਰ ਸਾਰਾ ਉੱਥੇ ਵੱਸਦਾ
असि उत्थे वसदे आ। मेरी तमन्ना सी कि मैं इस अंदोलन दे विच जाके खड़ा होवां। मेरे बच्चियां ने मेरे परिवार ने मैनूं इत्थे भेजिया। मेरी अंदरों जिहड़ी एक जमीर है वह मैनूं इत्थे खिच के लैके आई, क्योंकि मैं एक किसान का पुत्र है, एक किसान का पुत्र है। बचपन के बच्चे किसानी भी की है, कनेडा जाके मजदूरी भी की है, और तुम स्टार्डम भी दिखाया। थोड़ा सारा का बहुत बहुत धन्यवाद। और मैं हर तरह के हालात जोड़े अपने अपने शरीर के उपर अपने उपर हंडाए हुए ने। 84 बार संताप भी मैं अपने पिंडे पर हंडाया, कनेडा जाके झाड़ू भी मारिया, और रात दिन मेहनत की है। और मैं थोड़े ना थोड़े को अजे तो ही वादा लेना कि तुम मेनु हाथ उपर चुके मेरे न वादा करोगे कि जिन्ना चेर असी जितते नहीं, जित सा झोली बच नहीं पी, असी अपने घर वापस नहीं जावे। और साडे विचकार शख्सियत पर्सनैलिटी जिन्होंने इस संघर्ष को जितने लिए जिता भुख हड़ताल मौन वर्त, मैं साढ़े सारे मेरे वीर मेरे बजुर्गों का मैं हाथ जोड़ के बहुत बहुत धन्यवाद करदा। ये असी साडा तो सहयोग कुछ भी नहीं, असी एक आर्टिस्ट हाँ, सानू तुसीं जानदे हो, साडा प्यार आदर करदे हो, पर सब तो वड्डा योगदान है साडे बजुर्गों का, मेरिया मुताबा का। जिहड़ी जवानी अज अपने बजुर्गों के नाल मोढ़े ना मोढ़ा लाके खड़ी हो गई है, एक बार जोरदार ताड़ी एक जवानी के नाते मारो, और एक जयकारा जिहड़ा जवानी के नाते बनता, किसान मजदूर एकता, किसान मजदूर एकता, यूनाइटेड सिक्स खालसा एड। मैं इन्होंने संस्थावान का भी बहुत बहुत ऋणी हाँ जिन्होंने एक इन्ना वधिया उद्यम किया कि साढ़े इत्थे जिहड़े असीं रोड़ रहे हाँ, साढ़े बजुर्ग साढ़िया मातावां उन्होंने हर चीज उपलब्ध की है, इत्थे हर चीज मिलती है। यह यूनाइटेड सिक्स बधाई के पात्र ने भाजी परविंदर सिंह, इन्हां दी समुची टीम, मैं सारिआं दा बहुत बहुत धन्नवादी हाँ। तो दोस्तों मैं एक गीत तुहाडे नाल सांझा करना जिहड़ा किसानां दे उपर असीं थोड़े दिन पहला रिलीज किया, 5-6 दिन पहला, किसानी ते कुरबानी, वह मैं थोड़े नाल सांझा करदा जी, प्लीज तवज्जो दिओ। असी सदका दी भट्ठी विच रड़े होए आं, असी सदका दी भट्ठी विच रड़े होए आं, किसे कुरबानियां वाले भी सब परे होए आं, असी सदका दी भट्ठी विच रड़े होए आं, किसे कुरबानियां वाले भी सब परे होए आं, गड दईए जिथे कीले ਉਹ ਫਿਰ ਪੱਤੇ ਨਹੀਂ ਜਾਂਦੇ, ਜਦੋਂ ਚੜ ਪੈਣ ਕਾਫਲੇ ਸਾਡੇ ਫਿਰ ਉਹ ਡੱਕੇ ਨਹੀਂ ਜਾਂਦੇ, ਫਿਰ ਉਹ ਡੱਕੇ ਨਹੀਂ ਜਾਂਦੇ। ਸਾਡੀ ਹੋਂਦ ਨੂੰ ਮਟਾਉਣਾ ਹੱਥ ਸੂਰਜਾਂ ਨੂੰ ਪਾਉਣਾ, ਸਾਡੀ ਹੋਂਦ ਨੂੰ ਮਟਾਉਣਾ ਹੱਥ ਸੂਰਜਾਂ ਨੂੰ ਪਾਉਣਾ, ਸਾਡਾ ਤੇਰੇ ਕੋਲੋਂ ਜਾਣਾ ਨਹੀਂ ਵਜੂਦ ਮਿਟਿਆ, ਉਸੇ ਨੂੰ ਭੱਟਿਆ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਨੂੰ ਪੁਰਖਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਡੀ ਹਿੱਕਾਂ ਉੱਤੇ ਜਾਂਦਾ ਇਤਿਹਾਸ ਲਿਖਿਆ, ਸਾਨੂੰ ਭੱਟਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਡੀ ਹਿੱਕਾਂ ਉੱਤੇ ਜਾਂਦਾ ਇਤਿਹਾਸ ਲਿਖਿਆ, ਉਹ ਕਾਲੇ ਪੰਜਾਬੀ ਸਦਾ ਬਾਗੀ ਹੁੰਦੇ ਨੇ, ਹੱਥਾਂ ਲਈ ਪੰਜਾਬੀ ਸਦਾ ਭਾਗੀ ਹੁੰਦੇ ਨੇ, ਅਣਖਾਂ ਦੇ ਨਾਲ ਰਹਿਣ ਅੱਖਾਂ ਭਰੀਆਂ, ਸਾ ਕਿਸਾਨ ਮਜ਼ਦੂਰ ਏਕਤਾ, ਸਾਡੀ ਹੈ ਕਿਸਾਨ ਮਜ਼ਦੂਰ ਏਕਤਾ, ਦਿਲ ਚ ਦਲੇਰੀ ਦੀਆਂ ਗੱਲਾਂ ਭਰੀਆਂ, ਹੋ ਸਾਡੇ ਪੱਕੇ ਨੇ ਇਰਾਦੇ ਕਦੇ ਝੱਲੀਆਂ ਨਾ ਦਾਬੇ, ਸਦਾ ਜੁਰਤਾਂ ਦੇ ਨਾਲ ਜਾਂਦਾ ਰਣ ਜਿੱਤਿਆ, ਹੋ ਸਾਨੂੰ ਭੱਟਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਡੀ ਹਿੱਕਾਂ ਉੱਤੇ ਜਾਂਦਾ ਇਤਿਹਾਸ ਲਿਖਿਆ, ਸਾਨੂੰ ਭੱਟਿਆਂ ਤੋਂ ਮਿਲੀ ਕੁਰਬਾਨੀ ਤੇ ਕਿਸਾਨੀ, ਸਾਡੀ ਹਿੱਕਾਂ ਉੱਤੇ ਜਾਂਦਾ ਇਤਿਹਾਸ ਲਿਖਿਆ, ਹੋ ਸਾਡੇ ਦਿਲਾਂ ਉੱਤੇ ਗਿਆ ਇਤਿਹਾਸ ਲਿਖਿਆ। ਬਹੁਤ ਬਹੁਤ ਮਿਹਰਬਾਨੀ ਜੀ, ਮੈਂ ਸਮੁੱਚੀ
किसान जथेबंदियों का और जिहड़े साढ़े मेरे वड्डे वीर बहुत दहाकियां तो जिहड़े परिवार इस अंदोलन नाल जुड़े हुए ने मैं सारयां दा बहुत बहुत मशकूर हाँ बहुत बहुत सारयां दा बहुत बहुत धन्नवादी हाँ और जिन्नी जवानी मेरे वड्डे तो छोटे वीर खड़े ने साडियां भैणां बच्चे बच्चियां बैठियां मैं सारयां दा ही इको जिहा ही सहयोग है जी। कोई बंदा स्टेज ते आउंदा है कोई बंदा अमेरिका बैठा सोशल मीडिया ते अपना योगदान पा रहा है रोड शो निकलिया सरी दे विच सरी तो वैनकूवर इंडियन एम्बेसी दे मोहरे चल के गए उहदे विच हजार तो ज्यादा कार सी और हजार कार दे विच 1000 कार दे विच 500 तो वध कारां जिहड़े कैनेडियन बोर्न बच्चे ने उत्थे दे जम्मे होए यह तुसी मेरी गल याद रखो कि जो कोविड थोड़ा घटिया या फ्लाइटा खुल गई जिदा असि ट्रालिया ट्रैक्टर बसा लाई बैठे हाँ इस तरह हर एयरपोर्ट से फ्लाइटा उतरनिया उन्होंने बंदिया दे विच इन्ना रोह है और तैयार बार तैयार ने तुसी इदा ही डटे रहो और मैं बाबे नानक अगे परमात्मा अगे दोवें हाथ जोड़ के अरदास करदा कि किसान जिहड़ा इत्थे रुड़ रहा बहुत सारिया डैथस हो रही कुर्बानियां शहीदियां हो रही मैं पता लगा अज सवेरे ही एक साढ़े बुजुर्ग की इत्थे डैथ हुई है मैं सारे परिवार के नाल बहुत बहुत अफसोस तुहाडे सारिआं वल्लों करदा और मालिक अगे कामना करदा कि आने वाले समय के साडा कोई जानी नुकसान ना हो सारे चढ़दी कलां दे विच रहो और मैं उस दिन की उस पल की उड़ीक करदा जदों सारा भारत मैं हिंदुस्तान की गल ही इत्थे करूंगा सारा भारत ते सारा इंडिया ये जित जिहड़ी अपनी झोली दे विच पा के अपने घरां नूं पहुंचूगा किसान मजदूर एकता जिंदाबाद बोलो धन्यवाद।